ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਿੱਲ ਰੌਂਦਾ ਤੇ ਮੇਰੇ ਨਾਲ ਬੈਠਾ ਏਕਮ ਹੈਨਾ ਜਿਹਨੇ ਗਾਣਾ ਗਾਇਆ ਆਪਣਾ ਕਬੂਤਰਾਂ ਵਾਲਾ ਹੁਣੀ ਕੱਲ ਆਇਆ ਗਾਣਾ ਜਿੱਤ ਲੈਣ ਦੇ ਤੂੰ ਬਾਜੀ 1.25 ਲੱਖ ਦੀ ਨਹੀਂ ਕਾਂਢੇ ਤੇਰੇ ਪੱਕੇ ਜੱਟੀਏ ਇਹ ਤੁਹਾਨੂੰ ਗਾਣਾ ਦੱਸਦੇ ਆ ਕਿਵੇਂ ਬਣਿਆ ਕਬੂਤਰਾਂ ਨੂੰ ਤਾਂ ਲੈ ਕੇ ਬੈਠੇ ਕਿਉਂਕਿ ਕਈਆਂ ਦੇ ਸਵਾਲ ਨੇ ਕਈ ਗੱਲਾਂ ਨੇ ਵਿੱਚ ਕਈਆਂ ਨੂੰ ਸਮਝ ਨਹੀਂ ਆ ਰਹੀਆਂ ਹੈਨਾ ਕੱਲ ਮੈਸੇਜ ਆਏ ਨੇ ਉਹ ਵੀ ਦੱਸਾਂਗੇ ਤਾਂ ਪਹਿਲਾਂ ਮੈਂ ਕਹਿੰਦਾ ਇੱਕ ਮੜਾ ਜਿਹਾ ਸੁਣਾ ਦੇ ਗਾਣਾ ਹਾਂਜੀ ਹਾਂਜੀ ਹੋ ਕਈ ਗੱਲਾਂ ਹੁੰਦੀਆਂ ਨੇ ਪਿੱਛੇ ਤੋਂ ਬਲੱਡਾਂ 'ਚ ਸ਼ੌਂਕ ਪੱਕਾ ਏ ਕਬੂਤਰਾਂ ਦਾ ਗੱਭਰੂ ਦੇ ਹੱਡਾਂ 'ਚ ਓ ਮਸਾਂ ਖੁੱਲੀਆਂ ਕਰਾਉਣਾ ਪਿੱਛੋਂ ਬਾਜੀਆਂ ਪਏ ਸੀ ਜੱਟੀ ਅੱਕੇ ਜੱਟੀਏ ਓ ਜਿੱਤ ਲੈਣ ਦੇ ਤੂੰ ਬਾਜੀ 1.25 ਲੱਖ ਦੀ ਨੀ ਕਾਂਢੇ ਤੇਰੇ ਪੱਕੇ ਜੱਟੀਏ ਜਿੱਤ ਲੈਣ ਦੇ ਤੂੰ ਬਾਜੀ 1.25 ਲੱਖ ਦੀ ਨੀ ਕਾਂਢੇ ਤੇਰੇ ਪੱਕੇ ਜੱਟੀਏ ਕਿਉਂ ਮੈਂ ਤਾਂ ਇਸ਼ਕ ਹੈ ਨਾ ਜਿਹਨਾਂ ਧੌਣ ਦੇਖੋ ਖੱਟੀਆਂ ਅੱਖਾਂ ਦਾ ਨਾ ਇਹ ਤੇ ਦਮਨ ਮੇਰਾ ਮਿੱਤਰ ਆ ਬਾਹਰ ਇੱਕ ਉਹ ਕਹਿੰਦਾ ਤਾਂ ਖੱਟੀਆਂ ਅੱਖਾਂ ਦੇ ਰੱਖਿਆ ਖੱਟੀਆਂ ਦਾ ਇੱਕ ਨਾ ਸਾਰੇ ਕਹਿੰਦੇ ਭਾਈ ਥੱਲਾਂ ਕੀ ਸੀ ਇੱਕ ਮੈਂ ਤਿੰਨ ਤਾਂ ਹੁਣ ਖੈਰ ਪਤਾ ਹੀ ਹੈ ਪਤਾ ਹੀ ਤਾਂ ਥੱਲਾਂ ਦਿਖਾਉਣ ਲਈ ਤੁਹਾਨੂੰ ਦਿਖਾਉਣ ਲੱਗੇ ਆ ਕਬੂਤਰ ਇੱਕ ਹਨਾ ਤਾਂ ਜਿਹਦੇ 'ਚ ਥੱਲਾਂ ਨੇ ਬਾਈ ਪਾਈਆਂ ਹੋਈਆਂ ਵੀਰ ਨੇ ਜਿਹੜੀਆਂ ਸੋਨੇ ਦੀਆਂ ਵੀ ਪਾਉਂਦੇ ਨੇ ਚੌਂਕੀ ਬੰਦੇ ਜਦੋਂ ਬਾਜੀ ਕਬੂਤਰ ਜਿੱਤ ਲੈਂਦਾ ਆ ਇਹਨੂੰ ਥੱਲ ਕਹਿੰਦੇ ਨੇ ਆ ਵੀਰ ਨੇ ਜਿਹੜੀ ਪਾਈ ਹੋਈ ਆ ਜਿਵੇਂ ਇਹ ਸੋਨੇ ਦੀਆਂ ਵੀ ਪੈਂਦੀਆਂ ਹਾਂ ਇਹ ਸੋਨੇ ਦੀਆਂ ਵੀ ਚੌਂਕੀ ਬੰਦੇ ਸੋਨੇ ਦੀਆਂ ਅੱਡੋ ਅੱਡ ਨੇ ਜਿਵੇਂ ਕਬੂਤਰ ਬਾਜੀ ਜਿੱਤੇ ਆਉਂਦਾ ਸੋਨੇ ਦੀਆਂ ਥੱਲਾਂ ਜਿਵੇਂ ਹੁਣ ਸਾਡੇ ਏਰੀਆ 'ਚ ਬਾਜੀ ਹੋ ਰਹੀ ਹੈ ਤੇ ਜੀਪਾਂ ਨੇ ਹਨਾ ਤੇ ਐਂ ਆ ਜੇ ਆਪਾਂ ਇਹਨੂੰ ਪੰਜਾਬੀ 'ਚ ਤੁਹਾਨੂੰ ਇੱਕ ਉਦਾਹਰਨ ਦੇਵਾਂ ਝਾਂਜਰ ਕਹਿ ਲਈਏ ਹਨਾ ਜਿਹੜੀ ਆਪਾਂ ਕੋਈ ਕੁੜੀਆਂ ਪੈਰ 'ਚ ਪਾਉਂਦੀਆਂ ਨੇ ਸ਼ੌਂਕ ਨਾਲ ਤਾਂ ਇਹ ਸੋਨੇ ਦੀ ਥੱਲ ਸੋਨੇ ਦੀ ਆਪਾਂ ਇਹਨੂੰ ਥੱਲਾਂ ਕਹਿੰਦੇ ਨੇ ਜਿਹੜੀ ਆਹ ਪਾਈ ਹੋਈ ਹੈ ਬਾਈ ਆਉਂਦੀ ਹੈ ਕੈਮਰੇ 'ਚ ਇਹਨੂੰ ਥੱਲ ਕਹਿੰਦੇ ਨੇ ਤੇ ਬਾਕੀ ਗਾਣੇ ਦੀ ਗੱਲਬਾਤ ਇਹ ਆ ਗਾਣੇ ਨੂੰ ਸਾਰੇ ਹੀ ਬਹੁਤ ਜ਼ਿਆਦਾ ਉਮੀਦਾਂ ਤੋਂ ਜ਼ਿਆਦਾ ਪਿਆਰ ਦੇ ਰਹੇ ਹੋ ਬਹੁਤ ਤੁਹਾਡਾ ਥੈਂਕ ਯੂ ਯਾਰ ਤੇ ਪਹਿਲਾਂ ਕਈਆਂ ਨੂੰ ਨਹੀਂ ਪਤਾ ਸੀਗਾ ਬਈ ਕਬੂਤਰ ਬਾਜੀ ਦਾ ਹੈ ਨਾ ਇਹੀ ਗੱਲ ਆ ਨਾ ਕਈ ਥੋੜਾ ਜਿਹਾ ਨਹੀਂ ਕਿਉਂਕਿ ਮੇਰਾ ਪਤਾ ਨਹੀਂ ਤਾਂ ਮੇਰੇ ਮਿੱਤਰ ਜ਼ਿਆਦਾ ਨੇ ਕਿ ਮੇਸ ਕੰਮ ਹੈ ਨਾ ਮੇਰੇ ਯਾਰ ਬਾਹਰ ਵੀ ਰੱਖਦੇ ਨੇ ਸਰੀ ਵੀ ਖੈਰ ਬਾਜੀਆਂ ਹੁੰਦੀਆਂ ਸਾਡੇ ਨਾਲ ਕੈਲੀਫੋਰਨੀਆ ਹੁੰਦੀਆਂ ਤੇ ਇੱਧਰ ਵੀ ਮੇਰੀ ਮਾਸੀ ਕੇ ਵੀ ਰੱਖਦੇ ਨੇ ਬਹੁਤ ਆਪਣੇ ਮਿੱਤਰ ਬਹੁਤ ਰੱਖਦੇ ਨੇ ਤਾਂ ਮੈਂ ਗਾਣਾ ਤਾਂ ਲਿਖਣਾ ਹੀ ਸੀ ਨਾ ਜਦੋਂ ਸਾਰੇ ਕਹਿੰਦੇ ਸੀ ਕਬੂਤਰਾਂ ਤੇ ਆਪਣੇ ਤੇ ਗਾਣਾ ਕਰ ਤਾਂ ਹੁਣ ਚਲੋ ਆਪਾਂ ਕਾਹਨੂੰ ਕਿਸੇ ਦਾ ਨਾਂ ਲੈਣਾ ਕਈ ਆਰਟਿਸਟ ਨੂੰ ਦਿਖਾਇਆ ਤਾਂ ਉਹ ਯਾਰ ਕਬੂਤਰਾਂ ਵਾਲੇ ਥੋੜੇ ਜਿਹੇ ਬੰਦੇ ਹੁੰਦੇ ਨੇ ਕਿਉਂ ਗਾਣਾ ਕਿਵੇਂ ਹਨਾ ਤਾਂ ਮੈਨੂੰ ਬੜਾ ਸੀਗਾ ਯਾਰ ਗਾਣਾ ਆਵੇ ਤਾਂ ਕਿਵੇਂ ਕਰੀਏ ਤਾਂ ਬਾਈ ਇੱਕ ਮੈਨੂੰ ਵੀ ਸ਼ੌਂਕ ਸੀਗਾ ਹਨਾ ਤੇ ਇਹਦੇ ਵੀ ਗਾਂ ਮਿੱਤਰ ਆਪਣੇ ਮਿੱਤਰਾਂ ਨੇ ਰੱਖੇ ਹੋਏ ਸੀਗੇ ਕਬੂਤਰ ਤੇ ਜਿਨ੍ਹਾਂ ਨੇ ਕਬੂਤਰ ਰੱਖੇ ਹੋਏ ਉਹਨਾਂ ਨੂੰ ਇੰਨਾ ਕੁ ਸ਼ੌਂਕ ਹੁੰਦਾ ਕਬੂਤਰਬਾਜ਼ੀ ਦਾ ਤੇ ਕਬੂਤਰਾਂ ਦੇ ਨਾਲ ਇੰਨਾ ਕੁ ਪਿਆਰ ਹੁੰਦਾ ਵੀ ਉਹਨਾਂ ਨੂੰ ਹੋਰ ਕੁਝ ਦਿਖਦਾ ਹੀ ਨਹੀਂ ਬਸ ਕਿਉਂਕਿ ਪੂਰੀ ਕੁਦਰਤ ਦੇ ਨਾਲ ਪਿਆਰ ਕਰਦੇ ਨੇ ਸਾਰੇ ਉਹਦੇ ਕਰਕੇ ਅਸੀਂ ਇਕੱਠੇ ਹੋਏ ਤਾਂ ਇਹ ਕਿਉਂ ਕਹਿੰਦਾ ਬਾਈ ਮੈਂ ਕਰਦਾ ਹਨਾ ਤਾਂ ਫਿਰ ਅਸੀਂ ਉਹ ਨਹੀਂ ਦੇਖਿਆ ਵੀ ਇਹ ਵੱਧ ਚੱਲੂ ਘੱਟ ਚੱਲੂ ਤਾਂ ਕਬੂਤਰਾਂ ਤੇ ਗਾਣਾ ਸਪੈਸ਼ਲ ਆਪਦੇ ਭਰਾਵਾਂ ਵਾਸਤੇ ਕੀਤਾ ਤੇ ਬਾਈ ਸਾਰੇ ਭਰਾ ਪੂਰੇ ਸਪੋਰਟ ਕਰ ਰਹੇ ਨੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਇੰਨਾ ਕਿ ਜ਼ਰੂਰ ਆ ਮੈਨੂੰ ਕੱਲ ਇੱਕ ਮੇਰਾ ਮਿੱਤਰਾ ਜੋਗਣ ਜੀਮਾ ਮੈਂ ਕਿਹਾ ਰੀਲਾਂ ਰੂਲਾਂ ਪੈ ਜਾਣ ਹਨਾ ਤਾਂ ਵਧੀਆ ਲੱਗਦਾ ਜਿਵੇਂ ਹੁਣ ਕੰਪਨੀ ਵਾਲੇ ਬਾਈ ਜਸਵੀਰ ਉਹਨਾਂ ਨੇ ਕਿਹਾ ਵੀ ਚਲੋ ਕਰ ਲਓ ਗਾਣਾ ਕਬੂਤਰਾਂ ਦੇ ਤਾਂ ਮੈਨੂੰ ਲੱਗਦਾ ਹੈੱਡ ਹੋਵੇ ਤਾਂ ਉਹ ਵੀ ਆਪਣੀ ਗੱਲ ਗਾਹ ਨੂੰ ਸੁਣਦੇ ਰਹਿੰਦੇ ਨੇ ਮੈਂ ਕਿਹਾ ਜੋਗਣਾ ਰੀਲਾਂ ਰੂਲਾਂ ਉਹ ਕਹਿੰਦਾ ਰੀਲਾਂ ਵਾਲੇ ਬੰਦੇ ਘੱਟ ਹੁੰਦੇ ਨੇ ਪੱਕਰ ਬੰਦੇ ਹੁੰਦੇ ਨੇ ਮੈਂ ਕਹਿ ਕਵਾ ਕੇ ਹੁਣ ਅਸੀਂ ਤੁਹਾਨੂੰ ਰਿਕੁਐਸਟ ਹੀ ਕਰਦੇ ਆ ਵੀ ਕਬੂਤਰਬਾਜ਼ ਮਿੱਤਰੋ ਤਾਂ ਰੀਲਾਂ ਜ਼ਰੂਰ ਬਣਾਓ ਯਾਰ ਰੀਲਾਂ ਤੇ ਪੂਰੀ ਤਾਂ ਜੇ ਰੀਲਾਂ ਤੇ 5-7000 ਰੀਲ ਤੁਸੀਂ ਬਣਾ ਦਿਓਗੇ ਤਾਂ ਅਸੀਂ ਗਾਹ ਨੂੰ ਇਹੋ ਜਿਹੇ ਗਾਣੇ ਹੋਰ ਕਰਨ ਲਈ ਤਕੜੇ ਹੋ ਜਾਾਂਗੇ ਕੰਪਨੀ ਨੂੰ ਬੰਦਾ ਕਹਿਣ ਜੋਗਾ ਹੋ ਜਾਂਦਾ ਵੀ ਚੱਲਦੇ ਨੇ ਹਨਾ ਤੇ ਇੱਕ ਘੋੜੀਆਂ ਵਾਲੇ ਬਾਈਆਂ ਦੇ ਬਹੁਤ ਮੈਸੇਜ ਸੀ ਬਾਈ ਸਾਡੇ ਦੇ ਵੀ ਕਰੋ ਤੇ ਕੋਸ਼ਿਸ਼ ਕਰਾਂਗੇ ਅਸੀਂ ਇੱਕ ਮਰਾਈ ਘੋੜੀਆਂ ਦੇ ਵੀ ਗਾਣਾ ਬਹੁਤ ਛੇਤੀ ਕਰਾਂਗੇ ਹਨਾ ਤੇ ਗਾਣਿਆਂ ਦੇ ਲਈ ਜਿਹੜੇ ਸ਼ੌਂਕੀ ਬੰਦੇ ਨੇ ਪੂਰੇ ਜੱਟ ਬੰਦੇ ਤੇ ਕਬੂਤਰ ਵਾਲਿਓ ਜੇ ਤੁਸੀਂ ਗਾਣਾ ਐਤਕੀ ਵਧੀਆ ਕਿਰਪਾ ਰੱਖੀ ਆਪਦੀ ਪੂਰਾ ਇਹਨੂੰ ਪ੍ਰਮੋਟ ਕਰਦੇ ਹੋ ਰੀਲਾਂ ਰੂਲਾਂ ਦੇ ਤਾਂ ਗਾਂ ਨੂੰ ਤੁਹਾਡੀਆਂ ਹੋਰ ਗੱਲਾਂ ਬਰੀਕੀਆਂ ਜਿਹੜੀਆਂ ਹੁੰਦੀਆਂ ਨੇ ਉਹ ਜ਼ਰੂਰ ਦੱਸਾਂਗੇ ਨਲਕੀਆਂ ਦੀ ਗੱਲ ਕਰਾਂਗੇ ਤੁਹਾਡੀਆਂ ਦੀ ਤੁਹਾਡੇ ਖੇਡਾਂ ਦੀ ਗੱਲ ਕਰਾਂਗੇ ਤੁਹਾਡੇ ਇਹਨਾਂ ਦੀਆਂ ਹੋਰ ਬਾਜ਼ੀਆਂ ਤੇ ਹੋਣ ਵਾਲੀਆਂ ਕਰਾਮਾਤਾਂ ਦੀ ਕਿਵੇਂ ਕਬੂਤਰ ਸਾਂਭਦੇ ਹੋ ਸਾਰੀਆਂ ਗੱਲਾਂ ਮੇਰਾ ਮਾਣਾ ਗਾਣਿਆਂ 'ਚ ਕਰਨ ਦਾ ਪਰ ਗਾਣਾ ਚਲਾਉਣ ਸਿਰ ਤੇ ਇਹਨੂੰ ਮੈਂ ਸੌਖਾ ਤਾਂ ਰੱਖਿਆ ਇੱਕ ਦੋ ਚੀਜ਼ਾਂ ਇਹਦੇ 'ਚ ਪਾਈਆਂ ਠੱਲਾਂ ਵਗੈਰਾ ਹਨਾ ਵੀ ਸਮਝ ਆ ਜੇ ਤੇ ਹੁਣ ਤੁਸੀਂ ਜੇ ਚਲਾ ਦਿਓ ਤਾਂ ਗਾਹ ਨੂੰ ਤੁਹਾਡੀਆਂ ਹੋਰ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਫਿਰ ਮਿਲਦੇ ਹਾਂ ਤੇ ਗਾਣਾ ਸੁਣਦੇ ਰਹੋ ਬਾਜੀ 1.25 ਲੱਖ ਦੀ ਦੀਪ ਢਿੱਲੋਂ ਮੈਡਮ ਦਾ ਆਪਾਂ ਨਾਂ ਨਹੀਂ ਲਿਆ ਯਾਰ ਉਹਨੇ ਬਹੁਤ ਸੋਹਣਾ ਗਾਇਆ ਲਾਡੀ ਬਾਈ ਦਾ ਵੀ ਲਾਡੀ ਬਾਈ ਲਾਡੀ ਗਿੱਲ ਨੇ 뮤직 ਕੀਤਾ ਇਹਦਾ ਤੇ ਸਾਰਿਆਂ ਨੂੰ ਤੁਸੀਂ ਸਾਡੇ ਇੰਸਟਾ ਤੋਂ ਜਾ ਕੇ ਕਿਤੋਂ ਵੀ ਉਹਨਾਂ ਨੂੰ ਫੋਲੋ ਕਰੋ ਤੇ ਗਾਣੇ ਨੂੰ 뮤지컬ੀ ਜਿਹੜੇ ਕਬੂਤਰਾਂ ਦੇ ਨਾਲ ਨਹੀਂ ਵੀ ਜੁੜੇ ਹੋਏ ਉਹ 뮤지컬ੀ ਇੰਨਾ ਕੁ ਪਸੰਦ ਕਰਨਗੇ ਤੇ ਸਾਨੂੰ ਯਕੀਨ ਆ ਵੀ ਤੁਸੀਂ ਸਾਰੇ ਗਾਣੇ ਨੇ ਇਹ ਜੇ ਗਾਣਾ ਵੀ ਹੈ ਬਹੁਤ ਸੋਹਣਾ ਵੀ ਬਹੁਤ ਸੋਹਣਾ ਪਸੰਦ ਕਰੋਗੇ ਤੇ ਸੁਣਿਓ ਬਾਜੀ 1.25 ਲੱਖ ਦੀ ਏਕਮ ਕਿਲਰੋਂ ਤਾਂ ਲਾਡੀ ਗਿੱਲ ਦੀਪ ਢਿੱਲੋਂ ਜਸ ਰਿਕਾਰਡਸ ਜਿਉਂਦੇ ਵਸਦੇ ਰਹੋ ਜਸਵੀਰਪਾਲ ਬਾਈ ਜਸਵੀਰਪਾਲ ਬਾਈ ਦਾ ਇਹ ਜਿਹੜਾ ਪ੍ਰੋਡਕਟ ਆ ਸਾਰਾ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ